ਜਿੱਥੇ ਕਿ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਦੀ ਚਿੱਠੀ ਜਿਹੜੀ ਹੈ ਸਪੀਕਰ ਓਮ ਬਿਰਲਾ ਨੂੰ ਲਿਖੀ ਗਈ ਹੈ, ਜਿਸ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਉਹ ਮੌਨਸੂਨ ਸੈਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਨੇ। ਤੇ ਅੰਮ੍ਰਿਤਪਾਲ ਸਿੰਘ ਦੱਸਦੀ ਕਿ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖਦੇ ਨੇ, ਉਸ ਦੇ ਵਿੱਚ ਉਹਨਾਂ ਦੇ ਵੱਲੋਂ ਮੌਨਸੂਨ ਸੈਸ਼ਨ ਦਾ ਹਿੱਸਾ ਬਣਨ ਦੀ ਇੱਛਾ ਜਿਹੜੀ ਆ ਉਹ ਪ੍ਰਗਟ ਕੀਤੀ ਗਈ ਹੈ। ਤਾਂ ਇਸ ਤੋਂ ਇਲਾਵਾ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਹੀ ਬੈਠ ਕੇ ਉਹਨਾਂ ਦੇ ਵੱਲੋਂ ਇਹ ਚਿੱਠੀ ਲਿਖੀ ਜਾਂਦੀ ਹੈ, ਕਿਉਂਕਿ 22 ਜੁਲਾਈ ਤੋਂ ਮੌਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਹੈ। ਔਰ ਇਸ ਨੂੰ ਲੈ ਕੇ ਕੀ ਕੁਛ ਪ੍ਰੋਸੈਸ ਰਹੇਗਾ ਉਹ ਵੀ ਬੇਹੱਦ ਜ਼ਰੂਰੀ ਹੈ ਕਿ ਕਿਸ ਤਰੀਕੇ ਇਹ ਪਰਮਿਸ਼ਨ ਜਿਹੜੀ ਹੈ ਉਹ ਮਿਲਣੀ ਹੈ ਔਰ ਕਿੰਨਾ ਸਮਾਂ ਜਿਹੜਾ ਹੈ ਇਹ ਪਰਮਿਸ਼ਨ ਗਰਾਊਂਡ ਲੈਵਲ ਦੇ ਉੱਤੇ ਉਹਨਾਂ ਤੱਕ ਪਹੁੰਚਣ ਤੱਕ ਜਾਂ ਪੂਰੀ ਹੁੰਦੇ ਹੁੰਦੇ ਸਮਾਂ ਲੱਗੇਗਾ ਉਹ ਵੀ ਦੇਖਣਾ ਹੋਵੇਗਾ। ਕਿਉਂਕਿ ਇਹ ਵੀ ਜ਼ਿਕਰ ਸੀਗਾ ਕਿ ਸਰਕਾਰ ਦੇ ਵੱਲੋਂ ਦੀ ਜਦੋਂ ਕਹਿ ਦਿੱਤਾ ਗਿਆ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਈ ਜਾਵੇ ਤਾਂ ਉਸ ਤੋਂ 1 ਜਾਂ 2 ਦਿਨ ਜਿਹੜੇ ਨੇ ਉਹ ਲੱਗ ਗਏ ਸੀਗੇ। ਤਾਂ ਇਹ ਵੀ ਦੇਖਣਾ ਹੋਵੇਗਾ ਕਿ ਹੁਣ ਕਿੰਨਾ ਸਮਾਂ ਜਿਹੜਾ ਹੈ ਇਸ ਪ੍ਰੋਸੈਸ ਨੂੰ ਕੰਪਲੀਟ ਹੋਣ ਦੇ ਵਿੱਚ ਲੱਗੇਗਾ, ਜੇਕਰ ਮਨਜ਼ੂਰੀ ਜਿਹੜੀ ਹੈ ਅੰਮ੍ਰਿਤਪਾਲ ਸਿੰਘ ਨੂੰ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਦਿੱਤੀ ਜਾਂਦੀ ਹੈ। ਕਿਉਂਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿਉਂਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਬੇਸ਼ੱਕ MP ਜਿਹੜਾ ਹੈ ਉਹ ਬਣ ਗਏ ਨੇ। ਤਾਂ ਸਾਡੇ ਸਹਿਯੋਗੀ ਮਨਜਿੰਦਰ ਦੇ ਵੱਲੋਂ ਦੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਹੈ ਇਸ ਪੂਰੀ ਚਿੱਠੀ ਨੂੰ ਲੈ ਕੇ, ਔਰ ਜੋ ਉਹਨਾਂ ਦੇ ਵੱਲੋਂ ਦੀ ਮੰਗ ਕੀਤੀ ਗਈ ਹੈ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ, ਉਸ ਨੂੰ ਲੈ ਕੇ ਕੀ ਕੁਛ ਪਿਤਾ ਤਰਸੇਮ ਸਿੰਘ ਦਾ ਕਹਿਣਾ ਉਹ ਵੀ ਸੁਣਦੇ। ਮਨਜਿੰਦਰ ਸਿੰਘ ਬੇਨਤੀ ਕਰ ਰਹੇ ਜੀ ਲਿਵਿੰਗ ਇੰਡੀਆ ਨਿਊਜ਼ ਤੋਂ। ਇਹ ਸਿੰਘ ਸਾਹਿਬ, ਇੱਕ ਭਾਈ ਸਾਹਿਬ ਦੇ ਵੱਲੋਂ ਪਤਾ ਲੱਗਾ ਕਿ ਕੋਈ ਚਿੱਠੀ ਲਿਖੀ ਗਈ ਆ ਕਿ ਜਿਹਦੇ ਵਿੱਚ ਸੈਸ਼ਨ ਦੀ ਮੰਗ ਦੇ ਵਿੱਚ ਉਹ ਬੈਠਣਾ ਚਾਹੁੰਦੇ ਨੇ ਕਿ ਮੈਂ ਆਪਣੇ ਮੁੱਦੇ ਚੁੱਕ ਸਕਦਾ, ਤੁਸੀਂ ਕਿੱਦਾਂ ਦੇਖ ਰਹੇ ਹੋ ਇੱਕ ਪਿਤਾ ਨਾਂ ਦੇ ਹੋਣ ਦੇ ਅਤੇ ਕਿਉਂਕਿ ਤੁਸੀਂ ਵੀ ਪ੍ਰਚਾਰ ਕਰਦੇ ਰਹੇ ਉਹਨਾਂ ਦੇ ਹੱਕ ਦੇ ਵਿੱਚ ਖੰਡੂਰ ਸਾਹਿਬ ਦੇ ਵਿੱਚ ਜਾ ਕੇ? ਪਿਤਾ ਹੁੰਦੇ ਜਾਂ ਕੋਈ ਵੀ ਹੁੰਦੇ ਤੇ ਉਹਨਾਂ ਦਾ ਜੋ ਲੋਕਾਂ ਨੇ ਉਹਨਾਂ ਨੂੰ ਇੱਕ ਖੰਡੂਰ ਸਾਹਿਬ ਦੇ ਹਲਕੇ ਦੇ ਵੋਟਰਾਂ ਨੇ ਉਹਨਾਂ ਨੂੰ ਚੁਣਿਆ ਆਪਣੇ ਮੁੱਦਿਆਂ ਉਠਾਉਣ ਲਈ, ਜਾਂ ਜਿਹੜੀਆਂ ਪੰਜਾਬ ਦੀਆਂ ਮੁਸ਼ਕਲਾਂ ਵਾਂ ਜਾਂ ਸਿੱਖਾਂ ਦੀਆਂ ਜਾਂ ਨੌਜਵਾਨ ਇੰਡੀਆ ਤੋਂ ਉਹਦੇ ਰੱਖਣ ਵਾਸਤੇ ਤਾਂ ਉਹਨਾਂ ਦਾ ਸਰਕਾਰ ਨੂੰ ਉਹਨਾਂ ਨੂੰ ਇਹ ਹੱਕ ਦੇਣਾ ਚਾਹੀਦਾ ਬਿਨਾਂ ਕਿਸੇ ਉਹਨਾਂ ਦੀ ਮੰਗ ਤੋਂ ਵੀ ਜੀ। ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਉਹਨਾਂ ਦਾ ਰਾਈਟ ਵੀ ਬਣਦਾ, ਇਸ ਕਰਕੇ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ 'ਚ ਇਹ ਲੱਗਦਾ ਕਿ ਜੇ ਭਾਈ ਅੰਮ੍ਰਿਤਪਾਲ ਸਿੰਘ ਸੈਸ਼ਨ ਦੇ ਵਿੱਚ ਪਹੁੰਚਦੇ ਨੇ ਤਾਂ ਆਪਣੇ ਖੰਡੂਰ ਸਾਹਿਬ ਦੇ ਹਲਕੇ ਦੇ ਮੁੱਦੇ ਰੱਖ ਸਕਦੇ ਨੇ, ਕਿਉਂਕਿ ਮੁੱਦੇ ਕਾਫੀ ਹੈਗੇ ਨੇ ਖੰਡੂਰ ਸਾਹਿਬ ਦੇ। ਖੰਡੂਰ ਸਾਹਿਬ ਦੇ ਮੁੱਦੇ ਵੀ ਸਾਡੀ ਕੌਮ ਦੇ ਮੁੱਦੇ, ਸਾਡੇ ਇੰਟਰਨੈਸ਼ਨਲ ਮੁੱਦੇ ਵੀ ਹੈਗੇ, ਸਾਡੇ ਸਿੱਖਾਂ ਨਾਲ ਸੰਬੰਧ ਜਿਹੜੇ ਸਾਰੇ ਉਹਨਾਂ ਨਾਲ ਸਾਰਿਆਂ ਤੇ ਗੱਲ ਜੀ, ਉਹਨਾਂ ਦੀ ਜਿਹੜੀ ਪੰਥਕ ਮੁੱਦੇ ਸਾਡੇ ਸਾਰੇ ਪੰਥਕ ਆ ਪੰਜਾਬ ਦੇ ਆ ਉਹਨਾਂ ਸਾਰਿਆਂ ਤੇ ਤਾਂ ਹੀ ਗੱਲ ਹੋ ਸਕਦੀ ਹੈ ਕਿ ਜੇ ਉਹਨਾਂ ਨੂੰ ਇਸ ਸੈਸ਼ਨ ਅਟੈਂਡ ਕਰਨ ਦਾ ਮੌਕਾ ਦਿੱਤਾ ਜਾਂਦਾ। ਜਿਹੜੀ ਉਹਨਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਕੋਈ ਉਹਦੇ ਬਾਰੇ ਜਾਣਕਾਰੀ ਹੈਗੀ ਤੁਹਾਨੂੰ ਜੀ? ਮੈਨੂੰ ਚਿੱਠੀ ਦੀ ਕੋਈ ਅਵਾਰਡ ਦਿੰਦੇ ਬਾਰੇ ਕੋਈ ਪਤਾ ਨਹੀਂ ਗਾ, ਮੈਨੂੰ ਇੰਨਾ ਮਾੜਾ ਜਿਹਾ ਲੱਗਾ ਕਿ ਕੋਈ ਚਿੱਠੀ ਲਿਖੀ ਉਹਨਾਂ ਨੇ। ਕੀ ਮੰਗ ਕੀ ਕਰਦੇ ਤੁਸੀਂ ਸਰਕਾਰ ਕੋ? ਵੈਸੇ ਇਹ ਸਰਕਾਰ ਕੋ ਤੇ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਵਿਆਹ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਆਪਣੇ ਤੌਰ ਤੇ ਮੁੱਦੇ ਹਾਜ਼ਰੀ ਭਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ, ਜੇ ਫਿਰ ਵੀ ਕਿਸੇ ਕਾਰਨ ਕੋਈ ਅਜੇ ਕੋਈ ਸਮਾਂ ਲੱਗ ਸਕਦਾ ਤੇ ਉਹਨਾਂ ਨੂੰ ਸੈਸ਼ਨ 'ਚ ਜਿੰਨਾ ਟਾਈਮ ਬਣਦਾ ਉਹਨਾਂ ਪੂਰਾ ਸੈਸ਼ਨ ਨੂੰ ਅਟੈਂਡ ਕਰਨ ਵਾਸਤੇ ਉਹਨਾਂ ਨੂੰ ਉਹਨੇ ਉਹਨਾਂ ਦੀ ਪਰੋਲ ਔਰ ਪਰੋਲ ਜ਼ਿਆਦਾ ਦੇ ਕੇ ਉਹਨਾਂ ਦੇ ਹਲਕੇ 'ਚ ਵਿਚਰਨ ਦਾ ਵੀ ਮੌਕਾ ਦਿੱਤਾ ਜਾਣਾ ਚਾਹੀਦਾ। ਸਰ ਲੱਗਦਾ ਕਿ ਜੇ ਸੈਸ਼ਨ ਦੇ ਵਿੱਚ ਭਾਈ ਸਾਹਿਬ ਨਹੀਂ ਪਹੁੰਚਦੇ ਕਿ ਫਿਰ ਜਿਹੜੇ ਉਹਨਾਂ ਦੇ ਮੁੱਦੇ ਹੈਗੇ ਨੇ ਉਹਨਾਂ ਦੇ ਹਲਕੇ ਦੇ ਉਹ ਨਹੀਂ ਰੱਖ ਸਕਣਗੇ ਸੈਸ਼ਨ ਦੇ ਵਿੱਚ? ਇਹ ਤੇ ਮਤਲਬ ਬਹੁਤ ਖੰਡੂਰ ਸਾਹਿਬ ਦੇ ਲੋਕਾਂ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਸਿੱਖਾਂ ਨਾਲ ਬਹੁਤ ਵੱਡਾ ਧੱਕਾ ਅਤੇ ਜੋ ਜਿਹੜੀਆਂ ਉਹਨਾਂ ਦੀਆਂ ਖਾਲਸਾ ਨੇਤਾ ਵਾ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਜੀ। ਅਤੇ ਗੱਲਬਾਤ ਹੁੰਦੀ ਭਾਈ ਸਾਹਿਬ ਨਾਲ ਤੁਹਾਡੀ ਜੀ? ਨਹੀਂ, ਮੇਰੀ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਜੀ, ਉਹਨਾਂ ਦੇ ਚਾਚਾ ਜੀ ਦੀ ਪਤਾ ਨਹੀਂ। ਮੈਂ
ਤੁਸੀਂ ਖੰਡੂਰ ਸਾਹਿਬ ਦੇ ਵਿੱਚ ਪ੍ਰਚਾਰ ਕਰਦੇ ਰਹੇ ਹੋ ਪੂਰਾ ਪਰਿਵਾਰ, ਅਤੇ ਲੋਕਾਂ ਦੀ ਕੀ ਮੰਗ ਹੈਗੀ ਉੱਥੇ ਖੰਡੂਰ ਸਾਹਿਬ ਦੇ ਲੋਕਾਂ ਦੀ? ਲੋਕਾਂ ਦੀ ਸਭ ਤੋਂ ਵੱਡੀ ਮੰਗ ਤਾਂ ਇਹੋ ਹੀ ਹੈ ਕਿ ਪੰਜਾਬ ਤੋਂ ਨਸ਼ਾ ਕਿਸ ਤਰੀਕੇ ਨਾਲ ਖਤਮ ਹੋਵੇ ਜੀ, ਅਤੇ ਜਿਹੜੇ ਨੌਜਵਾਨ ਰੋਜ਼ ਨਸ਼ੇ ਦੀ ਭੇਟ ਚੜ੍ਹ ਰਹੇ ਉਹਨਾਂ 'ਤੇ ਕੋਈ ਰੋਕ ਲੱਗ ਸਕੇ, ਬਾਕੀ ਜਿਹੜੇ ਬੇਅਦਬੀ ਦਾ ਮੁੱਦਾ ਜਿਹੜਾ ਸਾਡਾ ਕੌਮੀ ਮਸਲਾ ਬਣਿਆ ਹੋਇਆ ਵਾ ਜੀ, ਜਿਹੜਾ ਬੇਅਦਬੀ ਦਾ ਬੰਦੀ ਸਿੰਘਾਂ ਦਾ, ਇਹ ਸਾਰੇ ਜਿਹੜੇ ਮਸਲੇ ਸਾਡੇ ਕੌਮ ਦੇ ਸਾਂਝੇ ਮਸਲੇ ਆ, ਇਹਦੇ ਵਾਸਤੇ ਭਾਈ ਸਾਹਿਬ ਵੀ ਬਾਕੀ ਹੋਰ ਜਿਹੜੇ ਐਮ ਪੀ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਉਹ ਵੱਧ ਚੜ੍ਹ ਕੇ ਇਸ ਮਾਮਲੇ 'ਤੇ ਆਪਣਾ ਧਿਆਨ ਦੇਣ। ਅੱਛਾ, ਤੁਸੀਂ ਹੁਣ ਇਹ ਮੰਗ ਕਰਦੇ ਹੋ ਕਿ ਭਾਈ ਸਾਹਿਬ ਸੈਸ਼ਨ ਦੇ ਵਿੱਚ ਪਹੁੰਚਣੇ ਚਾਹੀਦੇ ਜੀ? ਹਾਂਜੀ ਹਾਂਜੀ ਹਾਂਜੀ, ਧੰਨਵਾਦ ਜੀ। ਇਹ ਸਨ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ, ਜਿਨ੍ਹਾਂ ਦੇ ਵੱਲੋਂ ਲਿਵਿੰਗ ਇੰਡੀਆ ਦੇ ਉੱਪਰ ਬਿਆਨ ਦਿੱਤਾ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੈਸ਼ਨ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ, ਜਿਹੜੀ ਉਹਨਾਂ ਦੇ ਵੱਲੋਂ ਚਿੱਠੀ ਵੀ ਲਿਖੀ ਗਈ।